ਕਿ ਹੁਣ ਤਾਂ ਬਸ ਰੱਬ ਦੀ ਆਸ ਆ ਕਿ ਇੱਕ ਨਾ ਇੱਕ ਦਿਨ ਜ਼ਰੂਰ ਚੰਗੇ ਦਿਨ ਆਉਣਗੇ। ਕਿਉਂਕਿ ਬੇਬੇ ਹਮੇਸ਼ਾ ਕਹਿੰਦੀ ਹੁੰਦੀ ਆ ਕਿ 12 ਸਾਲ ਬਾਅਦ ਰੱਬ ਰੂੜੀ ਦੀ ਵੀ ਸੁਣਦਾ। ਜੇ ਤਾਂ ਸੁਣ ਲਈ ਫਿਰ ਤਾਂ ਬਹੁਤਿਆਂ ਨੂੰ ਵਕਤ ਪਾ ਦਾਂਗੇ, ਜੇ ਨਾ ਵੀ ਸੁਣੀ ਤਾਂ ਮਿਹਨਤ 'ਚ ਹੋਰ ਵੀ ਜਾਣ।